वाहिगुरु जी का खालसा वाहिगुरु जी की फतेह। आस करते हैं साडे दर्शक साडियां संगतां इस वेले गुरु घर नतमस्तक लगातार हो रही होणगियां अते संगतां इस वेले अकाल चैनल नूं कॉल करके जानकारी भी दे रही ने कि कुछ प्रबंध अते की कुछ वखरे प्रबंध उहनां दे नज़दीकी गुरु घर दे विच कीते गए ने। कमेटियां दे उपराले सदका अते पूरे गुरु घर दे विच जो संगत पहुँच रही है उहनां दे वल्लों दित्ते सुझाव दे सदका अज गुरु घरां दे विच संगतां पहुँच रही ने। सेहत उहनां दी भी ठीक रहे अते संगतां दी भी ठीक रहे उस बाबत गुरु घर दीआं कमेटियां दे वल्लों चंगे उपराले कीते गए ने। इस दी जानकारी अकाल चैनल लगातार अपने दर्शकों नूं अपनियां संगतां नूं दे रहा है। लंडन बर्मिंगम कोवेंट्री लेस्टर अते हुण गल करदे हां असीं ऑक्सफर्ड दी। ऑक्सफर्ड विखे सिख संगतां गुरु घर नतमस्तक हो रही ने जी। गल असीं करदे हां श्री गुरु नानक देव जी गुरुद्वारा साहिब ऑक्सफर्ड विखे जो मौजूद हैगा उन्हां दे कमेटी दे जनरल सकत्तर इस वेले साडे नाल मौजूद ने लाइव गुरदीप सिंह सैनी। सैनी साहब तुहाडा स्वागत करदे हां जी अकाल चैनल ते। वाहिगुरु जी का खालसा वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਆਪ ਦੀ ਬਹੁਤ ਮਿਹਰਬਾਨੀ ਜੀ। ਗੁਰਦੀਪ ਸਿੰਘ ਜੀ ਤੁਹਾਡੇ ਤੋਂ ਜਾਣਨਾ ਚਾਹੁੰਦੇ ਆ ਸੰਗਤਾਂ ਗੁਰੂ ਘਰ ਨਤਮਸਤਕ ਹੋ ਰਹੀਆਂ ਨੇ 15 ਜੂਨ ਤੋਂ ਬਾਅਦ ਲਗਾਤਾਰ ਭਾਵੇਂ ਪਰਿਵਾਰ ਦਾ ਇੱਕ ਜੀ ਹੀ ਹੋਵੇ ਉਹ ਗੁਰੂ ਘਰ ਜਾ ਰਿਹਾ ਨਤਮਸਤਕ ਹੋ ਰਿਹਾ। ਜਿਸ ਗੁਰਦੁਆਰਾ ਸਾਹਿਬ ਵਿਖੇ ਤੁਸੀਂ ਸੇਵਾ ਕਰ ਰਹੇ ਹੋ ਇਸ ਵੇਲੇ ਤੁਸੀਂ ਜਾਣਕਾਰੀ ਦਿਓ ਸੰਗਤਾਂ ਨੂੰ ਕਿ ਆਕਸਫੋਰਡ ਦੇ ਇਸ ਗੁਰੂ ਘਰ ਵਿਖੇ ਕੀ ਕੁਛ ਤਿਆਰੀਆਂ ਕੀਤੀਆਂ ਗਈਆਂ ਨੇ ਸਰਕਾਰੀ ਗਾਈਡਲਾਈਨਸ ਦੇ ਮੁਤਾਬਕ ਤਾਂ ਜੋ ਕਿ ਸੰਗਤ ਬਿਨਾਂ ਕਿਸੇ ਮਨ ਦੇ ਵਿੱਚ ਸਵਾਲ ਲਏ ਗੁਰੂ ਘਰ ਆ ਸਕੇ ਅਤੇ ਸਹਿਜੇ ਨਤਮਸਤਕ ਹੋ ਸਕੇ। ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਅਸੀਂ ਸੰਗਤ ਤੋਂ ਮਾਫ਼ੀ ਚਾਹੁੰਦੇ ਹਾਂ ਕਿ ਬਾਕੀ ਸਾਰੇ ਇੰਗਲੈਂਡ ਦੇ ਗੁਰਦੁਆਰਾ ਸਾਹਿਬ 15 ਤਰੀਕ ਨੂੰ ਸਾਰੇ 15 ਜੂਨ ਨੂੰ ਖੁੱਲ੍ਹ ਗਏ ਸੀ। ਅਸੀਂ ਥੋੜ੍ਹੇ ਤਿਆਰੀ ਕਰਨ ਦੇ ਵਿੱਚ ਥੋੜ੍ਹਾ ਜਿਹਾ ਸਾਨੂੰ ਟਾਈਮ ਲੱਗ ਗਿਆ। ਸਾਡੇ ਇੱਥੇ ਆਕਸਫੋਰਡ ਦੇ ਗੁਰਦੁਆਰਾ ਸਾਹਿਬ ਸੰਗਤ ਵਾਸਤੇ 24 ਜੂਨ ਤੋਂ ਖੁੱਲ੍ਹ ਰਹੇ ਹੈ ਜੀ, ਅਤੇ ਜਿਹਦੇ ਵਿੱਚ ਅਸੀਂ ਪਹਿਲਾਂ ਜਿਹੜਾ ਹੈਗਾ ਸੰਗਤ ਦਾ ਟਾਈਮ ਜਿਹੜਾ ਹੈਗਾ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਸਵੇਰ ਦਾ ਜੀ, ਅਤੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੰਗਤ ਦਰਸ਼ਨ ਵਾਸਤੇ ਖੋਲ੍ਹਿਆ ਜੀ। ਜੀ ਸਰਕਾਰੀ ਗਾਈਡਲਾਈਨਸ ਕਈ ਵਾਰ ਕਹਿੰਦੀਆਂ ਨੇ ਕਿ ਜੀ ਸੰਗਤਾਂ ਨੂੰ 2 ਮੀਟਰ ਦਾ ਗੈਪ ਰੱਖਣਾ ਪਵੇਗਾ, ਉਸ ਤੋਂ ਇਲਾਵਾ ਹੈਂਡ ਸੈਨੀਟਾਈਜ਼ਰ ਹੋ ਗਏ। ਕਿਸ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਕਿ ਇੱਕੋ ਰਸਤੇ ਸੰਗਤ ਅੰਦਰ ਜਾਏ ਅਤੇ ਦੂਸਰੇ ਰਸਤੇ ਤੋਂ ਬਾਹਰ ਆਏ, ਇਸ ਦੀ ਵੀ ਥੋੜ੍ਹੀ ਜਾਣਕਾਰੀ ਦਿਓ ਸਿੰਘ ਸਾਹਿਬ। ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਹਾਂ ਜੀ ਵੀ ਸਾਡੇ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਹੋ ਸਕਦਾ ਕਿਉਂਕਿ ਅੰਦਰ ਜਾਣ ਵਾਸਤੇ ਰਸਤਾ ਇੱਕੋ ਹੀ ਹੈ ਜੀ। ਜੀ ਤੇ ਅਸੀਂ ਸੰਗਤ ਸਾਡੇ ਬਹੁਤ ਥੋੜ੍ਹੀ ਹੁੰਦੀ ਆ, ਤੇ ਲੇਕਿਨ ਅਸੀਂ ਮੇਕ ਸ਼ੋਰ ਕਰਾਂਗੇ ਕਿ ਸੰਗਤ ਜਿਹੜੀ ਆ ਟਰਨ ਬਾਈ ਟਰਨ ਜਿਹੜੀ ਆ ਅੰਦਰ ਦਾਖਲ ਹੋਵੇ, ਤੇ ਅਸੀਂ ਇੱਕ ਸੇਵਾਦਾਰ ਦੀ ਡਿਊਟੀ ਲਾਵਾਂਗੇ ਜਿਹੜੇ ਕਿ ਪਹਿਲਾਂ ਵਾਰੀ ਵਾਰੀ ਇੱਕ ਬੰਦੇ ਅੰਦਰ ਭੇਜਣਗੇ, ਤੇ ਅਸੀਂ ਬਾਹਰ ਲਿਖ ਕੇ ਸਾਈਨ ਵੀ ਲਾ ਦਿੱਤੇ ਆ ਕਿ ਮਿਹਰਬਾਨੀ ਕਰਕੇ ਤੁਸੀਂ 2 ਮੀਟਰ ਦਾ ਜਿਹੜਾ ਹੈ ਡਿਸਟੈਂਸ ਰੱਖਣਾ, ਸੋਸ਼ਲ ਡਿਸਟੈਂਸਿੰਗ ਬਹੁਤ ਇੰਪੋਰਟੈਂਟ ਹੈ। ਤੇ ਅਸੀਂ ਸਾਰਿਆਂ ਨੂੰ ਜਿਹੜਾ ਹੈ ਕਿ ਬਾਹਰ ਇੱਕ ਆਦਮੀ ਦੀ ਡਿਊਟੀ ਲਾਵਾਂਗੇ ਜਿਹੜਾ ਕਿ ਉਹਨਾਂ ਨੂੰ ਸਾਰੇ ਪੋਸਟਰ ਜਿਹੜੇ ਲੱਗੇ ਆ ਅਸੀਂ ਬਾਹਰ ਪੋਸਟਰ ਵੀ ਲਾ ਦਿੱਤੇ ਆ, ਲੇਕਿਨ ਸਾਡਾ ਇੱਕ ਸੇਵਾਦਾਰ ਉਹਨਾਂ ਨੂੰ ਪੂਰੀ ਗਾਈਡਲਾਈਨਸ ਬਾਰੇ ਇਨਫੋਰਮੇਸ਼ਨ ਵੀ ਦੇਵੇਗਾ। ਤੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਗੁਰੂ ਘਰ ਜਿਹੜੇ ਹੈ ਸਿਰਫ ਦਰਸ਼ਨ ਵਾਸਤੇ ਹੀ ਖੁੱਲ੍ਹੇ ਆ, ਕਿ ਜਿੰਨਾ ਘੱਟ ਤੋਂ ਘੱਟ ਟਾਈਮ ਜਿਹੜਾ ਅੰਦਰ ਜਾ ਕੇ ਬਿਤਾਇਆ ਜਾਵੇ ਤਾਂ ਕਿ ਦੂਸਰਿਆਂ ਨੂੰ ਵੀ ਚਾਂਸ ਮਿਲੇ। ਤੇ ਸਾਡੀ ਇਹ ਹੱਥ ਜੋੜ ਕੇ ਬੇਨਤੀ ਆ ਕਿ ਜੋ ਗੌਰਮੈਂਟ ਦੀਆਂ ਗਾਈਡਲਾਈਨਸ ਆ ਉਹਨਾਂ ਨੂੰ ਅਸੀਂ ਅਵੇ ਕਰੀਏ, ਤੇ ਮੇਰੀ ਬੇਨਤੀ ਆ ਕਿ ਜੋ ਵੀ ਸੰਗਤ ਗੁਰਦੁਆਰਾ ਸਾਹਿਬ ਆਉਂਦੀ ਆ ਬੀਬੀਆਂ ਆਪਣਾ ਦੁਪੱਟਾ ਤੇ ਸਿੰਘ ਸਾਹਿਬ ਜਿਹੜੇ ਆ ਆਪਣਾ ਆਪਣਾ ਜਿਹੜਾ ਕੋਈ ਰੁਮਾਲ ਤੇ ਮਾਸਕ ਗਲਵਸ ਜੇ ਲਿਆ ਸਕਦੇ ਆ ਤਾਂ ਉਹਨਾਂ ਦੀ ਬਹੁਤ ਮਿਹਰਬਾਨੀ, ਕਿ ਜਿੰਨਾ ਵੀ ਅਸੀਂ ਇਹਦੇ ਤੋਂ ਬਚ ਸਕਦੇ ਹਾਂ ਕੋਰੋਨਾ ਵਾਇਰਸ ਤੋਂ ਜਿੰਨੀ ਕੁ ਵੀ ਅਸੀਂ ਦੂਰੀ ਰੱਖ ਸਕਦੇ ਹਾਂ ਉਸ ਤਰ੍ਹਾਂ ਅਸੀਂ ਰੱਖੀਏ। ਤੇ ਸਾਡੇ ਵੱਲੋਂ ਪੂਰੇ ਪ੍ਰਬੰਧ ਕਰ ਦਿੱਤੇ ਗਏ ਆ ਜੀ, ਸੈਨੇਟਾਈਜ਼ਰ ਰੱਖ ਦਿੱਤੇ ਗਏ ਆ, ਤੇ ਅਸੀਂ ਜਿਹੜਾ ਹੈਗਾ ਸੰਗਤ ਨੂੰ ਪੂਰਾ ਜਾਗਰਤ ਕਰ ਰਹੇ ਹਾਂ
ਤੇ ਸਾਡੇ ਵੱਲੋਂ ਪੂਰੀ ਤਿਆਰੀ ਹੈ ਜੀ। ਜੀ ਕੜਾਹ ਪ੍ਰਸ਼ਾਦ ਸੰਗਤਾਂ ਨੂੰ ਕਿਸ ਤਰੀਕੇ ਦੇ ਨਾਲ ਵਰਤਾਇਆ ਜਾਏਗਾ, ਕਿਉਂਕਿ ਪਹਿਲਾਂ ਕਈ ਗੁਰੂ ਘਰਾਂ ਦੇ ਵਿੱਚ ਗੱਲ ਹੋ ਰਹੀ ਸੀ ਕਿ ਮਸ਼ੀਨ ਰੱਖ ਦਿੱਤੀ ਜਾਏ ਤਾਂ ਕਿ ਸੰਗਤਾਂ ਨੂੰ ਮਿਲਣ ਵਾਲਾ ਪ੍ਰਸ਼ਾਦ ਬਿਨਾਂ ਕਿਸੇ ਦੇ ਹੱਥੋਂ ਟੱਚ ਹੋਏ ਹੁਣ ਮਿਲੇ, ਤੇ ਹੁਣ ਕਈ ਗੁਰੂ ਘਰਾਂ ਦੇ ਵਿੱਚ ਪੋਲੀ ਬੈਗਸ ਦੇ ਵਿੱਚ ਦਿੱਤੇ ਜਾ ਰਹੇ ਨੇ ਕੜਾਹ ਪ੍ਰਸ਼ਾਦ। ਇਸ ਦਾ ਕੀ ਕੁਝ ਪ੍ਰਬੰਧ ਹੈ? ਜੇਕਰ ਸੰਗਤ ਤੁਹਾਡੇ ਗੁਰੂ ਘਰ ਵਿਖੇ ਜਾਂ ਆਕਸਫੋਰਡ ਵਿਖੇ ਜੋ ਗੁਰੂ ਘਰ ਮੌਜੂਦ ਹੈ ਇੱਥੇ ਸੰਗਤ ਪਹੁੰਚੇਗੀ ਤਾਂ ਉਹ ਕੜਾਹ ਪ੍ਰਸ਼ਾਦ ਦੀ ਵੇਟ ਕਰੇ ਜਾਂ ਨਤਮਸਤਕ ਹੋ ਕੇ ਵਾਪਸ ਘਰਾਂ ਨੂੰ ਚਾਲੇ ਪਾਏ? ਅਸੀਂ ਸੋਚਿਆ ਜੀ ਕਿ ਪਹਿਲੇ ਹਫ਼ਤੇ ਅਸੀਂ ਦੇਖਣਾ ਚਾਹੁੰਦੇ ਹਾਂ, ਸੰਗਤ ਦੀ ਡਿਮਾਂਡ ਦੇਖਣੀ ਚਾਹੁੰਦੇ ਹਾਂ ਕਿ ਪਹਿਲੇ ਹਫ਼ਤੇ ਸੁੱਕਾ ਪ੍ਰਸ਼ਾਦ ਪਲਾਸਟਿਕ ਦੇ ਲਿਫਾਫਿਆਂ ਦੇ ਵਿੱਚ ਸਾਡੇ ਗਿਆਨੀ ਜੀ ਗਲਵਸ ਪਾ ਕੇ ਉਹਨੂੰ ਪ੍ਰਸ਼ਾਦ ਨੂੰ ਚੰਗੀ ਤਰ੍ਹਾਂ ਲਪੇਟ ਕੇ ਬੰਦ ਕਰਕੇ ਲਿਫਾਫੇ ਨੂੰ ਅਸੀਂ ਟੇਬਲ ਦੇ ਉੱਤੇ ਰੱਖ ਦਿਆਂਗੇ। ਸੰਗਤ ਆਪਣੀ ਮਰਜ਼ੀ ਦੇ ਨਾਲ ਆਪਣੇ ਮੱਥਾ ਟੇਕ ਕੇ ਨਤਮਸਤਕ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਜਾਣ ਲੱਗੇ ਆਪਣਾ ਜਿਹੜਾ ਪ੍ਰਸ਼ਾਦ ਹੈ ਉੱਥੋਂ ਟੇਬਲ ਤੋਂ ਚੱਕ ਲੈਣ ਜੀ। ਨਾਲ ਹੀ ਜਾਣਕਾਰੀ ਦਿਓ ਕਿ ਲੰਗਰ ਦੀ ਪ੍ਰਬੰਧ ਕਿਸ ਤਰੀਕੇ ਦੇ ਨਾਲ ਕੀਤੇ ਗਏ ਨੇ ਜਾਂ ਕੀਤੇ ਗਏ ਨੇ ਜਾਂ ਨਹੀਂ, ਕਿਉਂਕਿ ਕਈ ਗੁਰੂ ਘਰਾਂ ਦੇ ਵਿੱਚ ਲੰਗਰ ਤਿਆਰ ਤਾਂ ਹੋ ਰਿਹਾ ਲੇਕਿਨ ਉਹ ਸੰਗਤਾਂ ਦੇ ਲਈ ਨਹੀਂ, ਬਾਹਰ ਇਸ ਵੇਲੇ ਲੋੜਵੰਦ ਪਰਿਵਾਰਾਂ ਦੇ ਲਈ ਜਾਂ ਹੈਲਥ ਕੇਅਰ ਸਰਵਿਸਿਜ਼ ਦੇ ਵਿੱਚ ਜੋ ਇਸ ਵੇਲੇ ਡਾਕਟਰ ਨਰਸਿਸ ਨੇ ਉਹਨਾਂ ਤੱਕ ਲੰਗਰ ਪਹੁੰਚਾਉਣ ਦੀ ਜਾਂ ਕੁਛ ਸੇਵਾ ਕਰਨ ਦੀ ਭਾਵਨਾ ਦੇ ਨਾਲ ਇਹ ਸਭ ਕੁਛ ਤਿਆਰੀਆਂ ਹੋ ਰਹੀਆਂ ਨੇ। ਆਕਸਫੋਰਡ ਵਿਖੇ ਗੁਰਦੁਆਰਾ ਸਾਹਿਬ ਵਿਖੇ ਕੀ ਕੁਛ ਪ੍ਰਬੰਧ ਹੈ ਲੰਗਰ ਦੇ? ਲੰਗਰ ਦਾ ਭਾਈ ਸਾਹਿਬ ਇਸ ਵੇਲੇ ਅਸੀਂ ਪ੍ਰਬੰਧ ਬਾਰੇ ਹਾਲੇ ਨਹੀਂ ਕੁਛ ਸੋਚਿਆ ਜੀ। ਅਸੀਂ ਸੰਗਤ ਜਦੋਂ ਆਏਗੀ ਤੇ ਉਹਨਾਂ ਦੇ ਨਾਲ ਸਾਰੀ ਸਲਾਹ ਕਰਕੇ ਤੇ ਜਿੱਦਾਂ ਉਹ ਚਾਹੁਣਗੀਆਂ ਸੰਗਤਾਂ ਤੇ ਉਹਨਾਂ ਨਾਲ ਸਲਾਹ ਕਰਕੇ ਅਸੀਂ ਕਰਾਂਗੇ। ਪਹਿਲੇ ਹਫ਼ਤੇ ਅਸੀਂ ਲੰਗਰ ਦੀ ਕੋਈ ਸੇਵਾ ਨਹੀਂ ਪ੍ਰਵਾਨ ਕਰ ਰਹੇ, ਅਸੀਂ ਕੋਈ ਸੰਗਤ ਵਾਸਤੇ ਲੰਗਰ ਸੇਵਾ ਨਹੀਂ ਕਰ ਰਹੇ ਜੀ। ਜੀ ਗੁਰੂ ਘਰ ਦੇ ਵਿੱਚ ਇਸ ਵੇਲੇ ਜਿਵੇਂ ਤੁਸੀਂ ਦੱਸਿਆ ਕਿ 24 ਜੂਨ ਤੋਂ ਗੁਰੂ ਘਰ ਦੇ ਵਿੱਚ ਸੰਗਤ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਏਗੀ, ਜੋ ਹੁਣ ਤਿਆਰੀਆਂ ਤੁਹਾਡੇ ਵੱਲੋਂ ਮੁਕੰਮਲ ਕਰ ਲਿੱਤੀਆਂ ਗਈਆਂ ਨੇ, ਕਿੰਨੀ ਕੁ ਕਪੈਸਿਟੀ ਦੇ ਵਿੱਚ ਸੰਗਤ ਨੂੰ ਤੁਸੀਂ ਦੇਖ ਸਕਦੇ ਹੋ ਕਿ ਹਾਂ ਅਸੀਂ ਜਿਵੇਂ 50 ਬੰਦਾ ਆਏ ਅਸੀਂ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਮਹਿਫੂਜ਼ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਉੱਥੇ ਸੰਭਾਲ ਸਕਦੇ ਹਾਂ, 100 ਬੰਦਾ ਆਏ ਆ 150, ਕਿੰਨੀ ਕੁ ਕਪੈਸਿਟੀ ਤੁਸੀਂ ਆਪਣੇ ਵੱਲੋਂ ਤਿਆਰ ਕਰਕੇ ਬੈਠੇ ਹੋ? ਅਸੀਂ ਤਾਂ ਜੀ ਸਾਡਾ ਗੁਰੂ ਘਰ ਦਾ ਜਿਹੜਾ ਦਰਬਾਰ ਹਾਲ ਹੈ ਬਹੁਤਾ ਵੱਡਾ ਨਹੀਂ ਹੈ ਜੀ, ਤੇ ਉਹ ਤਾਂ ਜਿਹੜਾ ਸੀਗਾ ਰੈਗੂਲਰਲੀ ਸਾਡੇ ਜਿਹੜੀ ਸੀਗੇ ਕਿ 60-70 ਪੀਪਲ ਅੰਦਰ ਬੈਠ ਸਕਦੇ ਆ ਜੀ। ਤੇ ਹੁਣ ਅਸੀਂ ਬੇਨਤੀ ਕਰਦੇ ਹਾਂ ਸੰਗਤਾਂ ਨੂੰ ਕਿ ਜਿੰਨਾ ਚਿਰ ਤੱਕ ਕੋਰੋਨਾ ਵਾਇਰਸ ਹੈ ਆ ਕੇ ਆਪਣੇ ਗੁਰੂ ਦੇ ਘਰ ਦੇ ਵਿੱਚ ਮੱਥਾ ਟੇਕ ਕੇ ਖੁਸ਼ੀਆਂ ਪ੍ਰਾਪਤ ਕਰਨ ਤੇ ਦਰਸ਼ਨ ਕਰਕੇ ਜਾਣ ਦੀ ਕਿਰਪਾਲਤਾ ਕਰਨ ਤਾਂ ਕਿ ਦੂਸਰੇ ਬੰਦਿਆਂ ਨੂੰ ਵੀ ਚਾਂਸ ਮਿਲੇ। ਤੇ ਵੱਧ ਤੋਂ ਵੱਧ ਜੇ ਅਸੀਂ ਜਿਸ ਤਰ੍ਹਾਂ ਕਿ ਇਸ ਵੇਲੇ 2 ਮੀਟਰ ਦੀ ਦੂਰੀ ਦੱਸੀ ਗਈ ਆ ਗਾਈਡਲਾਈਨਸ ਦੇ ਵਿੱਚ, ਉਹਦੇ ਹਿਸਾਬ ਦੇ ਨਾਲ ਤਾਂ ਸਾਡੇ ਜੀ ਆਪਣੇ 20 ਬੰਦੇ ਅਸੀਂ ਅਕੋਮੋਡੇਟ ਕਰ ਸਕਦੇ ਹਾਂ ਜੀ। ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਾਹਿਰ ਹੈ ਕਿ ਜਿਵੇਂ ਜਿਵੇਂ ਲੋਕਡਾਊਨ ਥੋੜਾ ਹੋਰ ਖੁੱਲੇਗਾ ਉਸ ਵੇਲੇ ਸੰਗਤਾਂ ਦੀ ਆਮਦ ਵੀ ਥੋੜ੍ਹੀ ਥੋੜ੍ਹੀ ਵਧੇਗੀ, ਤਾਂ ਉਸ ਤਰੀਕੇ ਦੇ ਨਾਲ ਤੁਸੀਂ ਸੰਗਤਾਂ ਦੀ ਗਿਣਤੀ ਨੂੰ ਇਸ ਵੇਲੇ ਵਧਾ ਸਕਦੇ ਹੋ ਤੇ ਸੰਗਤਾਂ ਨੂੰ ਜਾਣਕਾਰੀ ਵੀ ਦੇ ਸਕਦੇ ਹੋ। ਹਾਂਜੀ ਅਸੀਂ ਉਸ ਹਿਸਾਬ ਦੇ ਨਾਲ ਜਿਸ ਤਰ੍ਹਾਂ ਕਿ ਅੱਜ ਨਿਊਜ਼ ਦੇ ਵਿੱਚ ਅਸੀਂ ਦੇਖਿਆ ਕਿ 1 ਮੀਟਰ ਦੀ ਦੂਰੀ ਹੋ ਗਈ ਆ ਕਿ ਆਪਣੇ ਉਸ ਹਿਸਾਬ ਦੇ ਨਾਲ ਅਸੀਂ ਸੰਗਤਾਂ ਨੂੰ ਪੂਰੀ ਇਨਫੋਰਮੇਸ਼ਨ ਦੇਵਾਂਗੇ। ਸਾਡੇ ਕੋਲ ਬਹੁਤ ਅੱਛਾ ਸਿਸਟਮ ਹੈ ਸੰਗਤ ਨੂੰ ਇਨਫੋਰਮ ਕਰਨ ਵਾਸਤੇ, ਅਸੀਂ ਵਟਸਐਪ ਗਰੁੱਪ ਬਣਾਇਆ ਤੇ ਇਸ ਵੇਲੇ ਸਾਡੀ ਹੱਥ ਜੋੜ ਕੇ ਸੰਗਤ ਨੂੰ ਬੇਨਤੀ ਹੈ ਕਿ ਇੰਡੀਵਿਜੁਅਲੀ ਆਓ ਤੇ ਗਰੁੱਪ ਦੇ ਵਿੱਚ ਨਾ ਆਓ, ਫੈਮਲੀਆਂ ਇਕੱਠੀਆਂ ਹੋ ਕੇ ਨਾ ਆਓ ਤੇ ਅਸੀਂ ਜਿੰਨਾ ਚਿਰ ਤੱਕ ਗੌਰਮੈਂਟ ਦੀਆਂ ਜਿਹੜੀਆਂ ਗਾਈਡਲਾਈਨਸ ਹੈ ਵੱਲੋਂ ਇੰਸਟਰਕਸ਼ਨਸ ਨਹੀਂ ਆ ਜਾਂਦੀਆਂ ਤਾਂ ਅਸੀਂ ਫਿਰ ਹਾਲੇ ਜਿਹੜਾ ਕੀਰਤਨ ਦਰਬਾਰ ਨਹੀਂ ਲਾਇਆ ਜਾਏਗਾ, ਬਾਕੀ ਦੇ ਦੀਵਾਨ ਲਾਏ ਜਾਣਗੇ। ਸਿਰਫ ਗੁਰੂ ਘਰ ਦੇ ਵਿੱਚ ਜਿਹੜੇ ਟਾਈਮਿੰਗ ਅਸੀਂ ਦੱਸੇ ਆ ਜੀ, ਸਵੇਰੇ 7 ਵਜੇ ਤੋਂ 9 ਵਜੇ ਤੇ 5 ਵਜੇ ਤੋਂ 7 ਵਜੇ ਸੰਗਤ ਇਹਦੇ ਦਰਮਿਆਨ ਹੀ ਇਸੇ ਦਰਮਿਆਨ ਮਿਹਰਬਾਨੀ ਕਰਕੇ ਆਉਣ ਦੀ ਕਿਰਪਾਲਤਾ ਕਰਨ। ਜੇ ਫਰਜ਼ ਕਰ ਲਓ ਵੀ ਅੰਦਰ ਕੋਈ ਸੰਗਤ ਦਾ ਮੈਂਬਰ ਹੈ, ਕੋਈ ਇਸ ਵੇਲੇ ਅੰਦਰ ਬੈਠਾ ਹੋਇਆ, ਤਾਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਸੰਗਤ ਨੂੰ ਵੇਟ ਕਰਨੀ ਚਾਹੀਦੀ ਹੈ ਤੇ ਬਹੁਤਾ ਅਸੀਂ ਰਸ਼ ਨਾ ਪਾਈਏ, ਕਮੇਟੀ ਦਾ ਸਹਿਯੋਗ ਦੇਣ। ਕਮੇਟੀ ਜਿਸ ਤਰ੍ਹਾਂ ਕਹਿੰਦੀ ਉਹਨਾਂ ਦੇ ਫਾਇਦੇ ਲਈ ਅਸੀਂ ਕਵਾਂਗੇ
कि सानू अपना सहयोग देन ते असी उन्हां दे नाल नाल जिस तरह उन्हां दी सलाह होएगी जिस तरह वह सानू चाहणगे असी उस तरह समय समय दे विच तब्दीली लियावांगे। बिल्कुल गुरदीप सिंह जी, सब तो पहला असी धन्नवाद जिथे कमेटियां दा कर रहे हां उत्थे उन्हां वॉलंटियर्स दा उन्हां सेवादारां दा भी करना बनता है जिन्हां ने अज गुरु घर खोलण तो पहला डीप क्लीनिंग हर एक गुरु घर दे विच हुई है उन्हां दा भी धन्नवाद इत्थे करना बनता है। तो गुरदीप सिंह जी धन्नवाद तुहाडा जो तुसी अपने विचार संगतां दे नाल सांझे कीते भावें ही गुरु घर लेट खुलन जा रहा हो लेकिन हाँ गुरु घर की कमेटी गुरु घर दे विच मौजूद सेवादार अते आने वाली संगतां इत्थे तक संतुष्ट रहणगियां कि हाँ गुरु घर दे विच जाना सेफ है गुरु घर दे विच तैयारियां मुकम्मल ने। धन्नवाद करना चाहवांगे सिंह साहब तुहाडा तुहाडे समय दे लई। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह जी। तो संगतां नूं जिस तरीके दे नाल असीं जानकारी दे रहे हां कि गुरु घर खुल रहे ने ऑक्सफोर्ड दा गुरुद्वारा भावें ही एक हफ्ता देरी दे नाल खुल रहा लेकिन इत्थों दी कमेटी ने जल्दबाजी नहीं की थी। कमेटी दे विच ए बैठ के विचार चर्चा की गई कि किस तरीके दे नाल किहड़ी तरीक नूं गुरुद्वारा खोलिया जाए जिस वेले असीं आप पहलां तैयार होईए ਤਾਂ ਜੋ ਕਿ ਸੰਗਤ ਨੂੰ ਵੀ ਅਸੀਂ ਆਉਣ ਦਾ ਸੱਦਾ ਦੇ ਸਕੀਏ। ਇਸੇ ਤਰੀਕੇ ਦੇ ਨਾਲ ਕਈ ਥਾਵਾਂ ਦੇ ਉੱਤੇ ਗੁਰੂ ਘਰ ਭਾਵੇਂ ਹੀ 15 ਤਰੀਕ ਨੂੰ ਨਾ ਖੁੱਲ੍ਹੇ ਹੋਣ ਕੁਝ ਦਿਨਾਂ ਬਾਅਦ ਖੁੱਲ੍ਹੇ ਹੋਣ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਗੁਰੂ ਘਰ ਖੋਲ੍ਹਣਾ ਮਕਸਦ ਨਹੀਂ ਸਾਡਾ ਸਾਡਾ ਮਕਸਦ ਹੈ ਸਿਕਿਓਰ ਰਹਿਣਾ ਆਪ ਸਿਕਿਓਰ ਰੱਖਣਾ ਦੂਸਰਿਆਂ ਨੂੰ ਅਤੇ ਗੁਰੂ ਘਰ ਜੇਕਰ ਸ਼ਰਤਾਂ ਦੇ ਨਾਲ ਖੁੱਲ੍ਹੇ ਨੇ ਤਾਂ ਉਹਨਾਂ ਸ਼ਰਤਾਂ ਦੇ ਨਾਲ ਹੀ ਅਸੀਂ ਵੀ ਨਤਮਸਤਕ ਹੋਣਾ ਕਿਸੇ ਵੀ ਗਾਈਡਲਾਈਨ ਦੀ ਅਸੀਂ ਕੋਈ ਅਜਿਹੀ ਘੇਰਾਬੰਦੀ ਨਹੀਂ ਤੋੜਨੀ ਹੈ ਗਾਈਡਲਾਈਨਸ ਨੂੰ ਲੈ ਕੇ ਜਿਸ ਦੇ ਵਿੱਚ ਅਸੀਂ ਆਪ ਅਸੀਂ ਇਹ ਸੋਚੀਏ ਕਿ ਕੱਲ੍ਹ ਨੂੰ ਜੇਕਰ ਗੁਰਦੁਆਰਿਆਂ ਦੇ ਉੱਤੇ ਸਖਤ ਪਾਬੰਦੀ ਫੇਰ ਲੱਗ ਗਈ ਤਦ ਅਸੀਂ ਕੀ ਕਰਾਂਗੇ। ਧੰਨਵਾਦ ਕਰਦੇ ਹਾਂ ਸਾਡੇ ਸਾਰੇ ਸੰਗਤਾਂ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।